ਜਲੰਧਰ ਦੇਹਾਤੀ ਪੁਲਿਸ ਨੇ ਦੋ ਨਾਮੀ ਸਮਗਲਰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਥਿਤ ਮੁਲਜ਼ਮਾਂ ਪਾਸੋਂ ਨਸ਼ੀਲੇ ਪਾਊਡਰ ਸਣੇ ਇੱਕ ਟਰੈਕਟਰ, ਟਾਟਾ 407, ਦੋ i20 ਕਾਰਾਂ ਅਤੇ 7.5 ਲੱਖ ਰੁਪਏ ਦੀ ਕਰੰਸੀ ਵੀ ਜ਼ਬਤ ਕੀਤੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਅਮੀਰ ਸਿੰਘ ਤੇ 7, ਜਦਕਿ ਦੂਜੇ ਆਰੋਪੀ ਮਹਿੰਦਰ ਸਿੰਘ ਤੇ 14 ਮੁਕੱਦਮੇ ਦਰਜ ਨੇ। ਅਧਿਕਾਰੀਆਂ ਮੁਤਾਬਕ ਦੋਸ਼ੀਆਂ ਨੇ 8 ਏਕੜ ਜ਼ਮੀਨ ਅਤੇ ਗੱਡੀਆਂ ਅਤੇ ਘਰ ਡਰੱਗ ਮਨੀ ਜ਼ਰੀਏ ਹੀ ਬਣਾਇਆ ਸੀ। ਇਸ ਕਾਮਯਾਬੀ ਤੋਂ ਬਾਅਦ ਅਸੀਂ ਅਗਲੀ ਗੱਲ ਇਹ ਕਰ ਰਹੇ ਹਾਂ ਕਿ ਇਹਨਾਂ ਦੀ ਜਿੰਨੀ ਵੀ ਪ੍ਰਾਪਰਟੀ ਇਹੋ ਜਿਹੀ ਹੈ ਡਰੱਗ ਮਨੀ ਨਾਲ ਰਿਲੇਟਡ, ਉਹ ਸਾਰੀ ਰਿਕਾਰਡ 'ਤੇ ਲਿਆ ਕੇ ਉਹਨੂੰ ਅਸੀਂ ਪ੍ਰੋਸੀਜਰਲੀ ਕੰਪੀਟੈਂਟ ਅਥਾਰਟੀ ਤੋਂ ਅਟੈਚ ਕਰਾਉਣਾ, ਸੋ ਦੈਟ ਇਹ ਮੈਸੇਜ ਵੀ ਜਾਵੇ। ਔਰ ਜਿਹੜਾ ਇੱਕ ਤਰ੍ਹਾਂ ਦਾ ਸਿੰਬਲ ਬਣਿਆ ਹੋਇਆ ਸੀ ਪਿੰਡ ਧਰਮਾਂ ਦੇ ਚੰਨਾਂ 'ਚ ਕਿ ਇਹ ਦੋ ਬੰਦੇ ਐਡੀਆਂ ਵੱਡੀਆਂ ਕੋਠੀਆਂ ਬਣਾ ਕੇ ਅਤੇ ਹੁਣ ਰੂਹ ਪੋਸ਼ ਨੇ, ਉਹ ਸਾਰਾ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਇਸ ਨਾਲ ਚਲੇ ਜਾਏ। ਜ਼ਿਆਦਾਤਰ ਇਹ ਫਿਰੋਜ਼ਪੁਰ ਏਰੀਏ ਤੋਂ ਇਹਨਾਂ ਦੀ ਸਪਲਾਈ ਚੱਲ ਰਹੀ ਸੀਗੀ। ਅਸੀਂ ਸਾਰੀ ਉਹ ਸਪਲਾਈ ਲਾਈਨ ਚੇਨ ਦੇ ਉੱਤੇ ਵਰਕ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਹੋਰ ਵੀ ਅਸੀਂ ਜਿਹੜੀਆਂ ਅਰੈਸਟ ਨੇ ਔਰ ਰਿਕਵਰੀਜ਼ ਨੇ ਇਸ